ਮੈਂ ਇੰਜੀਨੀਅਰ ਰਣਬੀਰ ਸਿੰਘ ਰੰਧਾਵਾ, ਖੇਤੀਬਾੜੀ ਵਿਭਾਗ ਜ਼ਿਲ੍ਹਾ ਅੰਮ੍ਰਿਤਸਰ। ਜਿਵੇਂ ਅਸੀਂ ਇੱਥੇ ਪਿੰਡ ਰਾਜੀਆਂ ਪਹੁੰਚੇ ਹਾਂ, ਅਤੇ ਰਾਜੀਆਂ ਪਿੰਡ ਦੇ ਵਿੱਚ ਜਿਵੇਂ ਆਪਾਂ ਪਹਿਲਾਂ ਵੀ ਕਾਫੀ ਵਾਰ ਜ਼ਿਕਰ ਕੀਤਾ ਕਿ ਇੱਥੇ ਤਿੰਨ ਪਿੰਡ ਨੇ ਜਿਹੜੇ UN ਵੱਲੋਂ ਚੁਣੇ ਗਏ, ਡਿਪਾਰਟਮੈਂਟ ਐਗਰੀਕਲਚਰ ਵੱਲੋਂ ਇੱਥੇ ਚੁਣੇ ਸੀਗੇ। ਲਾਗੇ ਹੋਰ ਵੀ ਤੇੜੀ ਆ, ਮਹਿਲਾਂ ਵਾਲਾ ਵਾ, ਹੋਰ ਕਾਫੀ ਸਾਰੇ ਪਿੰਡ ਨੇ, ਅਤੇ ਜਿਨ੍ਹਾਂ ਨੇ ਇੱਥੇ ਹੈਪੀ ਸਿੰਘ ਕਣਕ ਦੀ ਬਿਜਾਈ ਕੀਤੀ ਆ। ਸੋ ਉਹਦੀ ਕਟਾਈ ਜਿਹੜੀ ਆ ਚੱਲ ਰਹੀ ਆ, ਅੱਜ ਜਿਹੜੀ ਕਟਾਈ ਚੱਲ ਰਹੀ ਆ ਸਰਦਾਰ ਰਣਜੀਤ ਸਿੰਘ ਵਾਲੇ ਖੇਤਾਂ ਵਿੱਚ ਚੱਲ ਰਹੀ ਆ, ਅਤੇ ਇਹਨਾਂ ਦਾ ਅਸੀਂ ਇਹਨਾਂ ਕੋਲ ਲਵਾਂਗੇ ਅੱਜ ਇਹਨਾਂ ਦਾ ਜੋ ਐਕਸਪੀਰੀਅੰਸ ਆ, ਜਿਵੇਂ ਇਹਨਾਂ ਨੂੰ ਲੱਗੀ ਆ। ਰਣਜੀਤ ਸਿੰਘ ਜੀ, ਤੁਸੀਂ ਕਿੰਨੀ ਕਣਕ ਬੀਜੀ ਆ, ਤੁਹਾਡਾ ਕੋਈ ਕਣਕ ਵੇਚੀ ਦਾ ਝਾਵ ਦੱਸੋ, ਤੁਹਾਡਾ ਕਿੰਨਾ ਹੋਇਆ? ਕਣਕ ਵੀ 35-36 ਕਿੱਲੇ ਜੀ। ਅੱਛਾ ਜੀ। ਅਤੇ 3 ਏਕੜ ਟਰਾਲੇ 'ਚ ਪਾ ਕੇ ਕਿੱਲੇ ਲਏ। ਅੱਛਾ। ਅਤੇ ਸਾਨੂੰ 26 ਕੁਇੰਟਲ ਦੀ ਐਵਰੇਜ ਜਾਪੀ ਪਹਿਲੇ ਕਿੱਲੇ ਆ ਜੀ। ਪਹਿਲੇ ਕਿੰਨੇ ਕਿੱਲੇ ਵਿੱਚ ਤੁਸੀਂ? 3 ਕਿੱਲੇ ਜੀ। 3 ਕਿੱਲੇ? ਹਾਂਜੀ। ਉਹਦਾ ਕੋਈ ਪਰਚੀ ਹੈਗੀ ਤੁਹਾਡੇ ਕੋਲ? ਹਾਂਜੀ ਹਾਂਜੀ। ਕਿੰਨਾ ਤੁਹਾਡਾ ਝਾੜ ਨਿਕਲਿਆ? 78 ਕੁਇੰਟਲ ਨਿਕਲੀ ਹੈ। ਅਤੇ ਟੋਟਲ ਤੁਹਾਡੇ ਹਿਸਾਬ ਨਾਲ ਕਿੰਨੇ ਏਕੜ ਦੇ ਹਿਸਾਬ ਨਾਲ ਕਿੰਨੀ ਬਣ ਜਾਂਦੀ ਹੈ? ਉਹ 26 ਕੁਇੰਟਲ ਬਣੀ ਜੀ। ਅਤੇ ਵਰਾਇਟੀ ਕਿਹੜੀ ਬੀਜੀ ਜੇ? ਇਹ ਹੈਗੀ ਹੈ ਜੀ 30-80। ਇਸੇ ਤਰ੍ਹਾਂ ਸਰਦਾਰ ਬਲਵਿੰਦਰ ਸਿੰਘ ਹੁਣੇ ਨੇ ਪਿੰਡ ਰਾਜੀਆਂ ਵਾ, ਇਹਨਾਂ ਦੇ ਕੰਬਾਈਨ ਆ, ਕਸਟਮਾਇਰਿੰਗ ਸੈਂਟਰ ਖੋਲਿਆ ਇਹਨਾਂ ਨੇ। ਅਤੇ ਇਹ ਆਪਣਾ ਦੱਸਣ ਕਿ ਤੁਸੀਂ ਵੀ ਕਣਕ ਦੀ ਜਿਹੜੀ ਆ ਕਟਾਈ ਕਰਦੀ ਆ, ਅਤੇ ਤੁਸੀਂ ਦੱਸੋ ਵੀ ਤੁਹਾਡਾ ਝਾੜ ਜਿਹੜਾ ਵਾ ਕਿਹੜੀ ਵਰਾਇਟੀ ਕਿੰਨਾ ਨਿਕਲਿਆ ਵਾ? 3 ਪਲੱਸ। ਅੱਛਾ ਜੀ। ਅਤੇ ਕਦੋਂ ਹੈਪੀ ਸੀਜ਼ਨ ਨਾਲ ਤੁਸੀਂ ਕਦੋਂ ਕਿਹੜੀ ਕਦੋਂ ਕਦੇ ਬੀਜੀ ਕਣਕ? ਕਾਫੀ ਅਕਤੂਬਰ 'ਚ ਬੀਜੀ। ਅੱਛਾ ਜੀ। 27 ਅਕਤੂਬਰ ਦੀ ਤੁਹਾਡੀ ਮੇਰਾ ਖਿਆਲ ਬਿਜਾਈ ਸੀਗੀ, ਜਿਹੜੀ ਸਤਨਾਮ ਸਿੰਘ ਦੇ ਫਾਦਰ ਸਾਹਿਬ ਨੇ, ਸਰਦਾਰ ਬਲਵਿੰਦਰ ਸਿੰਘ ਹੁਣੀ, ਜਿਨ੍ਹਾਂ ਨੇ ਕਸਟਮਰ ਸੈਂਟਰ ਵੀ ਖੋਲਿਆ, ਅਤੇ ਇਹਨਾਂ ਦੀ 23.40 ਕਿਲੋ ਪਰ ਏਕੜ ਦੇ ਹਿਸਾਬ ਦੇ ਨਾਲ ਜਿਹੜੀ 343 ਵਰਾਇਟੀ ਆ ਉਹ ਨਿਕਲੀ ਆ। ਇਸ ਤਰ੍ਹਾਂ ਇਹ ਰਾਜੀਆਂ ਤੋਂ ਸਰਦਾਰ ਕੁਲਦੀਪ ਸਿੰਘ ਨੰਬਰਦਾਰ ਜੀ ਨੇ, ਇਹਨਾਂ ਨੇ ਵੀ 3 ਏਕੜ ਤੁਸੀਂ ਕਣਕ ਦਿੱਤੀ? 3 ਏਕੜ ਵੱਢ ਕੇ ਖੜੀ ਆ ਜੀ। ਠੀਕ ਆ ਜੀ। ਇਹ ਨਿਕਲੀ ਆ 78 ਪਲੱਸ ਨਿਕਲੀ ਆ, 26 ਪਲੱਸ ਆਉਂਦੀ ਆ ਕਿੱਲੇ ਦੀ। ਵਾਹ ਜੀ। ਸਾਰਾ ਪੀਸੀਡਰ ਨਾਲ ਸਾਰੀ 22 ਕਿੱਲੇ ਕਣਕ ਬੀਜੀ ਆ। ਹਾਂਜੀ। ਕੋਈ ਇੱਕ ਸਪਰੇਅ ਨਹੀਂ ਕੀਤੀ, ਇੱਕ ਵੀ ਨਾ ਨਿੱਦਣ ਆਈ, ਨਾ ਤੇਲੇ ਵਾਲੀ, ਨਾ ਕੋਈ। ਬਹੁਤ ਵਧੀਆ, ਦੂਜੀ ਵੀ ਇਸੇ ਹਿਸਾਬ ਨਾਲ ਹੀ ਨਿਕਲੀ। ਠੀਕ ਆ, ਅਸੀਂ ਬਹੁਤ ਖੁਸ਼ ਹਾਂ ਜੀ। ਇਸੇ ਤਰ੍ਹਾਂ ਲਾਗੇ ਪਿੰਡ ਤੇੜੀ ਆ, ਹੁਣ ਉੱਥੋਂ ਸਰਦਾਰ ਕੁਲਦੀਪ ਸਿੰਘ ਜੀ ਜਿਹੜੇ ਬਿਜਲੀ ਬੋਰਡ ਤੋਂ ਰਿਟਾਇਰ ਨੇ, ਉਹ ਆਏ ਨੇ, ਉਹਨਾਂ ਤੋਂ ਵੀ ਉਹਨਾਂ ਦਾ ਤਜਰਬਾ ਲੈਂਦੇ ਹਾਂ ਵੀ ਉਹਨਾਂ ਨੇ ਕਣਕ ਜਿਹੜੀ ਆ ਕਿੰਨੀ ਬੀਜੀ ਆ ਅਤੇ ਕਿੰਨੀ ਵੇਚੀ ਆ, ਕਿੰਨੀ ਕੱਢੀ? ਤੁਸੀਂ ਸਰਦਾਰ ਕੁਲਦੀਪ ਸਿੰਘ ਦੱਸਿਓ। ਇਹ ਜੀ ਕਣਕ ਬੀਜੀ ਆ 8.5 ਕਿੱਲੇ। ਅੱਛਾ ਜੀ। ਅਤੇ ਅਜੇ 1 ਕਿੱਲਾ ਵੱਢਿਆ। ਠੀਕ ਆ। ਅਤੇ 30-86 ਕਣਕ ਆ। ਠੀਕ ਆ। ਅਤੇ ਉਹ ਜਿਹੜੀ ਸਾਡੀ 25 ਕੁਇੰਟਲ ਅਤੇ 40 ਕਿੱਲੇ। ਅੱਛਾ ਜੀ। ਅਤੇ ਬਹੁਤ ਸੋਹਣੀ, ਅਤੇ ਬਾਕੀ ਆਸ ਰੱਖਦੇ ਹਾਂ ਵੀ ਚਲੋ ਜੇ 25 ਨਹੀਂ ਤਾਂ 24 ਨਿਕਲਾਊ। ਮਤਲਬ ਤੁਹਾਡਾ ਮਤਲਬ 25-25 ਕੁਇੰਟਲ ਦੇ ਵਿੱਚ ਵਿੱਚ ਜਿਹੜਾ ਝਾੜ ਆ ਉਹ ਆਉਣ ਦੀ ਸੰਭਾਵਨਾ ਹੈਗੀ ਆ। ਸੋ ਇਹ ਜੋ ਚੀਜ਼ ਆ ਦੇਖ ਰਹੇ ਅਸੀਂ ਕਿ ਹੈਪੀ ਸੀਡਰ ਜਿਹੜੀ ਕਣਕ ਦੀ ਬਿਜਾਈ ਜਿਹੜੀ ਆ ਅਸੀਂ ਇੱਥੇ ਕਰਵਾਈ ਆ, ਔਰ ਡਿਪਾਰਟਮੈਂਟ ਐਗਰੀਕਲਚਰ ਖੇਤੀਬਾੜੀ ਮਹਿਕਮੇ ਵੱਲੋਂ ਜਿਹੜਾ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈਪੀ ਸੀਡਰ, ਕਾਫੀ ਪਿੰਡਾਂ ਦੇ ਵਿੱਚ ਅਡੋਪਸ਼ਨ ਹੋਈ ਆ, ਔਰ ਲੋਕ ਕਿਸਾਨ ਵੀਰ ਜਿਹੜੇ ਆ ਔਰ ਬਹੁਤ ਖੁਸ਼ ਨੇ, ਔਰ 24-25 ਕੁਇੰਟਲ ਦੇ ਵਿੱਚ ਜਿਹੜਾ ਝਾੜ ਆ ਉਹ ਦੱਸ ਰਿਹਾ, 23.40 ਦਾ ਕਬੂਤਰ ਝਾੜ ਆ, 26 ਜਗ੍ਹਾ ਝਾੜ ਦੱਸਿਆ, ਔਰ ਮੈਨੂੰ ਬੜੀ ਖੁਸ਼ੀ ਹੋਈ ਆ। ਔਰ ਮੈਨੂੰ ਪਰਚੀਆਂ ਕੱਢ ਕੇ ਦਿਖਾਈਆਂ ਨੇ ਕਿ ਸਾਡੇ ਕੋਲ ਜਿਹੜੀਆਂ ਪਰਚੀਆਂ ਨੇ ਉਹ ਵੀ ਦਿਖਾ ਦਿਓ, ਜਿਹੜੀ ਕੋਈ ਪਰਚੀ ਤੋਂ ਹੈਗੀਆਂ ਪਰਚੀਆਂ ਵੀ ਦਿਖਾਈਆਂ ਨੇ ਉਹਨਾਂ ਨੇ ਮੈਨੂੰ ਕਿ ਸਾਡੇ ਕੋਲ ਜਿਹੜੀਆਂ ਪਰਚੀਆਂ ਨੇ ਸਾਡੇ ਕੋਲ ਨੇ ਉਹਦੀ ਮੈਂ ਫੋਟੋ ਕਾਪੀ ਵੀ ਲਈ ਆ, ਔਰ ਪਰਚੀਆਂ ਵੀ ਮੈਂ ਦਿਖਾਵਾਂਗਾ ਆਉਣ ਵਾਲੇ ਸਮੇਂ ਦੇ ਵਿੱਚ ਕਿ ਇਹ ਪਰਚੀਆਂ ਜਿਹੜੀਆਂ ਵਾ ਜਿਨ੍ਹਾਂ ਨੇ ਹੈਪੀ ਸੀਡਰ ਕਣਕ ਦੀ ਜਿਹੜੀ ਆ ਇਹ ਵੇਚ ਕੇ ਜਿਹੜੀਆਂ ਉਹ ਪ੍ਰਾਪਤ ਕੀਤੀਆਂ ਨੇ। ਇਸੇ ਤਰ੍ਹਾਂ ਜਿਹੜੀ ਕਟਾਈ ਆ ਉਹ ਚੱਲ ਰਹੀ ਆ, ਕੰਬਾਈਨ ਦੀ ਕਟਾਈ ਜਿਹੜੀ ਆ ਨਾਲ ਨਾਲ ਚੱਲਦੀ ਰਹੀ ਆ, ਚੱਲ ਰਹੀ ਅੱਜ। ਸੋ ਇਹ ਹੈਪੀ ਸੀਡਰ ਨਾਲ ਬਹੁਤ ਸਾਰਾ ਏਰੀਆ ਜਿਹੜਾ ਇੱਥੇ ਜਿਹੜਾ ਆਪਾਂ ਤਕਰੀਬਨ ਜਿਹੜਾ ਉਹ ਕਣਕ ਦੀ ਬਿਜਾਈ ਕੀਤੀ ਆ, ਔਰ ਕਿਸਾਨ ਖੁਸ਼ ਨੇ। ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈਪੀ ਸੀਡਰ ਆ ਅਤੇ ਸੁਪਰ SMS ਜਿਹੜਾ ਜਿਹਦੀ ਅਸੀਂ ਗੱਲ ਕਰ ਲੈਂਦੇ ਹਾਂ ਕਿ ਸੁਪਰ SMS ਅਤੇ ਹੈਪੀ ਸੀਡਰ, ਝੋਨੇ ਦੀ ਕਟਾਈ ਤੋਂ ਬਾਅਦ ਲੇਜ਼ਰ ਲਾਈਨਿੰਗ ਪਾਲੀ ਦੇ ਵਿੱਚ ਬੱਤਰ ਬਣਿਆ ਹੋਵੇ, ਸੁਪਰ SMS ਚਲਾ ਕੇ ਹੈਪੀ ਸੀਡਰ ਕਣਕ ਦਾ ਤੁਸੀਂ ਬਿਜਾਈ ਕਰ ਦਿਓ, ਅਤੇ 23 ਤੋਂ ਲੈ ਕੇ 25-26 ਕੁਇੰਟਲ ਤੱਕ ਝਾੜ ਤੁਸੀਂ ਲੈ ਸਕਦੇ ਜੇ। ਔਰ ਇਹ ਗੱਲ ਜਿਹੜੀ ਆ ਹੁਣ ਇਸ ਵੇਲੇ ਜਿਹੜੀ ਆ ਬਹੁਤ ਹੀ ਮਤਲਬ ਕਿ ਇੱਕ ਤਰ੍ਹਾਂ ਦਾ ਫੈਸਲਾ ਹੀ ਹੋ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨ ਜਿਹੜੇ ਆ ਹੈਪੀ ਸੀਡਰ ਨੂੰ ਅਡੋਪਟ ਕਰਨਗੇ, ਔਰ ਇਹਦੀ ਬਹੁਤ ਵਧੀਆ ਅਡੋਪਸ਼ਨ ਜਿਹੜੀ ਇਸ ਇਲਾਕੇ ਦੇ ਵਿੱਚ ਸ਼ੁਰੂ ਆ ਗਈ ਆ। ਔਰ ਮੈਂ ਆਸ ਕਰਦਾ ਕਿ ਇਹੀ ਸਾਰੀ ਪੰਜਾਬ ਦੇ ਸਿਨੈਰੀਓ ਬਣੇਗਾ, ਅਤੇ ਹੈਪੀ ਸੀਡਰ ਜਿਹੜੇ ਕਣਕ ਦੇ ਦਾਣੇ ਆ ਬਹੁਤ ਵਧੀਆ ਬੋਲਡ ਔਰ ਵਧੀਆ ਜਿਹੜਾ ਝਾੜ ਉਹ ਨਿਕਲਿਆ। ਧੰਨਵਾਦ।